ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਭ ਵਧੀਆ ਹੋਣੇ ਆ ਅੱਜ ਦੀ ਕਲਾਸ ਵਿੱਚ ਟਾਈਪਸ ਆਫ ਰੀਡਿੰਗ ਨਾਮ ਦੇ ਟਾਪਿਕ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਟਾਪਿਕ ਤੁਹਾਡਾ ਅੰਗਰੇਜ਼ੀ ਪੈਡਾਗੋਜੀ ਦਾ ਕਾਫੀ ਇੰਪੋਰਟੈਂਟ ਟਾਪਿਕ ਹੈ ਪੇਪਰ 1 ਐਂਡ ਪੇਪਰ 2 ਦੀ ਤਿਆਰੀ ਕਰ ਰਹੇ ਸਟੂਡੈਂਟਸ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣ ਸਕਦੇ ਨੇ ਕਿਉਂਕਿ ਪੀਐਸਟੈਟ ਐਗਜ਼ਾਮ ਵਿੱਚ ਇਸ ਟਾਪਿਕ ਤੋਂ ਸੰਬੰਧਿਤ ਕਾਫੀ ਵਾਰ ਪ੍ਰਸ਼ਨ ਪੁੱਛੇਗਾ ਹੀ ਨੇ ਸੋ ਸ਼ੁਰੂ ਕਰਦੇ ਆਂ ਅੱਜ ਦੀ ਆਪਣੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਗੱਲ ਕਰ ਰਹੇ ਆਂ ਟਾਈਪਸ ਆਫ ਰੀਡਿੰਗ ਦੀ ਚਾਰ ਤਰ੍ਹਾਂ ਦੀਆਂ ਤੁਹਾਨੂੰ ਰੀਡਿੰਗ ਵੇਖਣ ਨੂੰ ਮਿਲਦੀਆਂ ਨੇ ਅੰਗਰੇਜ਼ੀ ਪੈਡਾਗੋਜੀ ਦੇ ਵਿੱਚ ਪਹਿਲੇ ਨੰਬਰ ਤੇ ਹੈ ਸਕਿਮਿੰਗ ਦੂਸਰੇ ਨੰਬਰ ਤੇ ਹੈ ਸਕੈਨਿੰਗ 3ਰਡ ਨੰਬਰ ਤੇ ਹੈ ਐਕਸਟੈਂਸਿਵ ਰੀਡਿੰਗ 4ਥ ਨੰਬਰ ਤੇ ਹੈ ਇੰਟੈਂਸਿਵ ਰੀਡਿੰਗ ਪਹਿਲੀ ਰੀਡਿੰਗ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਸਕਿਮਿੰਗ ਤੋਂ ਸਕਿਮਿੰਗ ਜਿਹੜੀ ਰੀਡਿੰਗ ਹੈਗੀ ਆ ਮੰਨ ਲਓ ਆਪਾਂ ਦੋ ਚਾਰ ਲਾਈਨਾਂ ਪੜੀਆਂ ਕਿਸੇ ਵੀ ਕਿਤਾਬ ਦੀਆਂ ਕਿ ਆਪਾਂ ਇੱਕ ਜਨਰਲ ਆਈਡੀਆ ਲਗਾ ਸਕੀਏ ਕਿ ਇਸ ਕਿਤਾਬ ਵਿੱਚ ਲਿਖਿਆ ਕੀ ਹੋਊਗਾ ਸੋ ਜਦੋਂ ਆਪਾਂ ਇਸ ਤਰ੍ਹਾਂ ਦੀ ਰੀਡਿੰਗ ਕਰਦੇ ਹਾਂ ਇਹਨੂੰ ਆਪਾਂ ਸਕਿਮਿੰਗ ਦਾ ਨਾਮ ਦਿੰਨੇ ਆ ਕੁਝ ਹੋਰ ਐਗਜ਼ਾਮਪਲਾਂ ਵੀ ਲੈ ਸਕਦੇ ਹਾਂ ਕਦੇ-ਕਦੇ ਆਪਾਂ ਨਿਊਜ਼ਪੇਪਰ ਦੀ ਹੈਡਲਾਈਨਸ ਪੜ੍ਹਦੇ ਹਾਂ ਐਂਡ ਓਵਰਵਿਊ ਪੜ੍ਹ ਲੈਨੇ ਆ ਕਿ ਇਹਦੇ ਵਿੱਚ ਕੀ ਲਿਖਿਆ ਹੋਣਾ ਸੋ ਇਸ ਤਰ੍ਹਾਂ ਦੀ ਰੀਡਿੰਗ ਨੂੰ ਆਪਾਂ ਸਕਿਮਿੰਗ ਦਾ ਨਾਮ ਦਿੰਨੇ ਆ ਐਂਡ ਕਈ ਵਾਰ ਆਪਾਂ ਲਾਇਬ੍ਰੇਰੀ ਵੀ ਜਾਂਦੇ ਆ ਲਾਇਬ੍ਰੇਰੀ ਦੇ ਵਿੱਚ ਆਪਾਂ ਸਾਰੀਆਂ ਬੁੱਕਸ ਨੂੰ ਰੀਡ ਨਹੀਂ ਕਰਦੇ ਜਿਹੜੀਆਂ ਬੁੱਕਸ ਆਪਾਂ ਇਸ਼ੂ ਕਰਾਉਣੀਆਂ ਹੁੰਦੀਆਂ ਆਪਾਂ ਜਸਟ ਇੱਕ ਓਵਰਵਿਊ ਲੈ ਲੈਣੇ ਆ ਇੱਕ ਜਰਨਲ ਆਈਡੀਆ ਲਗਾ ਲੈਣੇ ਆ ਕੁਝ ਲਾਈਨਾਂ ਪੜ੍ਹ ਕੇ ਕਿਸ ਕਿਤਾਬ ਵਿੱਚ ਲਿਖਿਆ ਕੀ ਹੋਣਾ ਇਹਦੀ ਲੈਂਗੁਏਜ ਕਿਉਂ ਜੀ ਹੈਗੀ ਆ ਕਿ ਇਹ ਕਿਤਾਬ ਇੰਟਰਸਟਿੰਗ ਹੈ ਸੋ ਇਸ ਤਰ੍ਹਾਂ ਦੀ ਰੀਡਿੰਗ ਜਦੋਂ ਵੀ ਆਪਾਂ ਕਰਦੇ ਆ ਇਸ ਤਰ੍ਹਾਂ ਦੀ ਰੀਡਿੰਗ ਨੂੰ ਆਪਾਂ ਕਹਿੰਦੇ ਆ ਸਕਿਮਿੰਗ ਇੱਕ ਜਰਨਲ ਆਈਡੀਆ ਲਗਾਉਣ ਲਈ ਕਿਸ ਕੰਟੈਂਟ ਵਿੱਚ ਲਿਖਿਆ ਕੀ ਹੋਊਗਾ ਇਸ ਤਰ੍ਹਾਂ ਦੀ ਰੀਡਿੰਗ ਨੂੰ ਆਪਾਂ ਸਕਿਮਿੰਗ ਕਹਿੰਦੇ ਆ ਦੂਸਰੇ ਨੰਬਰ ਤੇ ਜਿਹੜੀ ਰੀਡਿੰਗ ਹੈਗੀ ਆ ਉਹਨੂੰ ਆਪਾਂ ਕਹਿੰਦੇ ਆ ਜੀ ਸਕੈਨਿੰਗ स्कैनिंग ਆਪਾਂ ਉਦੋਂ ਕਰਦੇ ਆਂ ਜਦੋਂ ਆਪਾਂ ਕੋਈ ਸਪੈਸਿਫਿਕ ਇਨਫੋਰਮੇਸ਼ਨ ਲੱਭਣੀ ਹੋਵੇ ਜਦੋਂ ਆਪਾਂ ਟ੍ਰੇਨ ਵਿੱਚ ਟਰੈਵਲ ਕਰਦੇ ਆਂ ਕਦੇ ਕਦੇ ਇਹ ਟੀਟੀ ਆਪਣੇ ਕੋਲ ਆ ਜਾਂਦਾ ਜਦੋਂ ਟੀਟੀ ਆਪਣੇ ਕੋਲ ਆਇਆ ਤੇ ਆਪਾਂ ਕੀ ਕਰਦੇ ਆਂ ਆਪਾਂ ਉਹਨੂੰ ਟਿਕਟ ਵਿਖਾਉਨੇ ਆ ਤੇ ਟੀਟੀ ਨੇ ਕੀ ਚੈੱਕ ਕਰਨਾ ਉਹਨੇ ਇਹ ਚੈੱਕ ਕਰਨਾ ਕਿ ਤੁਹਾਡਾ ਬਰਥ ਨੰਬਰ ਕੀ ਹੈ ਤੁਹਾਡੀ ਸੀਟ ਦਾ ਨੰਬਰ ਕੀ ਹੈ ਕਿ ਤੁਸੀਂ ਪ੍ਰੋਪਰ ਸੀਟ ਤੇ ਬੈਠੇ ਹੋਏ ਹੋ ਕਿ ਨਹੀਂ ਬੈਠੇ ਹੋਏ ਮਤਲਬ ਕਿ ਉਸ ਟਿਕਟ ਦੇ ਉਤੇ ਤਾਂ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਲਿਖੀਆਂ ਹੋਣਗੀਆਂ ਬਟ ਉਹਦਾ ਧਿਆਨ ਸਿਰਫ ਸੀਟ ਨੰਬਰ ਤੇ ਹੋਊਗਾ ਸੋ ਉਦੋਂ ਜਿਹੜੀ ਟਾਈਪ ਦੀ ਰੀਡਿੰਗ ਕੀਤੀ ਜਾਂਦੀ ਹੈ ਨਾ ਉਹਨੂੰ ਆਪਾਂ ਸਕੈਨਿੰਗ ਕਹਿੰਦੇ ਆ ਜਿਵੇਂ ਕਿ ਆਪਾਂ ਕੋਈ ਸਪੈਸਿਫਿਕ ਇਨਫੋਰਮੇਸ਼ਨ ਲੱਭਣੀ ਹੋਵੇ ਆਪਾਂ ਇਸ ਤਰ੍ਹਾਂ ਦੀ ਰੀਡਿੰਗ ਨੂੰ ਆਪਾਂ ਕੀ ਕਹਿੰਦੇ ਆ ਜੀ ਸਕੈਨਿੰਗ ਕਹਿ ਦਿੰਦੇ ਆ ਤੀਸਰੇ ਨੰਬਰ ਤੇ ਜਿਹੜੀ ਰੀਡਿੰਗ ਹੈ ਐਕਸਟੈਂਸਿਵ ਰੀਡਿੰਗ ਐਕਸਟੈਂਸਿਵ ਰੀਡਿੰਗ ਨੂੰ ਆਪਾਂ ਮੇਨਲੀ ਆਪਦੀ ਫਲੂਐਂਸੀ ਵਧਾਉਣ ਲਈ ਕੰਪਰੀਹੈਂਸ਼ਨ ਸਕਿਲਸ ਵਧਾਉਣ ਲਈ ਇਹਦੀ ਵਰਤੋਂ ਕਰਦੇ ਆਂ ਐਂਡ ਇਸ ਤਰ੍ਹਾਂ ਦੀ ਰੀਡਿੰਗ ਕਰਨ ਨਾਲ ਆਪਣੀ ਜਿਹੜੀ ਰੀਡਿੰਗ ਸਪੀਡ ਹੈਗੀ ਆ ਜੀ ਇਹ ਡਿਵੈਲਪ ਹੋਏਗੀ ਕੰਪਰੀਹੈਂਸ਼ਨ ਡਿਵੈਲਪ ਹੋਏਗਾ ਐਂਡ ਆਪ ਕਿਸੇ ਵੀ ਕਿਤਾਬ ਨੂੰ ਜਦੋਂ ਆਪਾਂ ਐਕਸਟੈਂਸਿਵ ਰੀਡਿੰਗ ਕਰਦੇ ਆਂ ਜਿਵੇਂ ਕਿ ਆਪਾਂ ਕਦੇ ਕਦਾਈ ਆਪਦੇ ਪਲੇਜ਼ਰ ਲਈ ਆਪਦੇ ਮਜ਼ੇ ਲਈ ਆਪਾਂ ਨੋਵਲਸ ਵਗੈਰਾ ਪੜ੍ਹ ਲੈਂਦੇ ਆਂ ਕਹਾਣੀਂ ਦੀਆਂ ਕਿਤਾਬਾਂ ਵੀ ਪੜ੍ਹਦੇ ਆਂ ਇੰਜੋਇਮੈਂਟ ਲਈ ਰਿਲੈਕਸੇਸ਼ਨ ਲਈ ਇਸ ਤਰ੍ਹਾਂ ਦੀ ਰੀਡਿੰਗ ਨੂੰ ਆਪਾਂ ਐਕਸਟੈਂਸਿਵ ਰੀਡਿੰਗ ਦਾ ਨਾਮ ਦਿੰਦੇ ਆਂ ਐਂਡ ਲਾਸਟ ਤੇ ਆ ਗਿਆ ਜੀ ਇੰਟੈਂਸਿਵ ਰੀਡਿੰਗ ਇੰਟੈਂਸਿਵ ਰੀਡਿੰਗ ਦੇ ਵਿੱਚ ਆਪਾਂ ਬਹੁਤ ਹੀ ਡਿਟੇਲ ਨਾਲ ਪੜ੍ਹਦੇ ਆਂ ਡਿਟੇਲ ਵਿੱਚ ਪੜ੍ਹਦੇ ਆਂ ਬਰੀਕੀ ਨਾਲ ਪੜ੍ਹਦੇ ਆਂ ਕਿਸੇ ਵੀ ਚੀਜ਼ ਨੂੰ ਐਂਡ ਇਹਦੇ ਵਿੱਚ ਆਪਾਂ ਮੇਨਲੀ ਜਿਹੜਾ ਫੋਕਸ ਕਰਦੇ ਆ ਗ੍ਰੈਮੈਟੀਕਲ ਥਿੰਗਸ ਤੇ ਕਰਦੇ ਆ ਉਹਦੇ ਵਿੱਚ ਜਿਹੜਾ ਟੈਕਸਟ ਦਿੱਤਾ ਹੋਇਆ ਹੈ ਵੋਕੈਬਲਰੀ ਦਿੱਤੀ ਹੋਈ ਹੈ ਕ੍ਰਿਟੀਕਲ ਜਿਹੜੀਆਂ ਥਿੰਕਿੰਗ ਸਕਿਲਸ ਨੇ ਜੀ ਐਂਡ ਇਹਨੂੰ ਆਪਾਂ ਪਲੇਜ਼ਰਲੀ ਰੀਡ ਨਹੀਂ ਕਰਦੇ ਅਕੈਡਮਿਕ ਪੁਆਇੰਟ ਆਫ View ਤੋਂ ਆਪਾਂ ਇਹਨਾਂ ਚੀਜ਼ਾਂ ਨੂੰ ਰੀਡ ਕਰਦੇ ਆ ਜਿਵੇਂ ਕਿ ਤੁਹਾਡੀ ਸਕੂਲ ਦੀਆਂ ਕਿਤਾਬਾਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਨੂੰ ਉਹਨਾਂ ਨੂੰ ਜਦੋਂ ਪੜ੍ਹਦੇ ਆ ਉਹਨਾਂ ਬੁੱਕਸ ਨੂੰ ਕਿ ਆਪਾਂ ਨੂੰ ਮਜ਼ਾ ਆਉਂਦਾ ਹੈ ਨਹੀਂ ਬਟ ਫਿਰ ਵੀ ਆਪਾਂ ਨੂੰ ਜਿਹੜੀਆਂ ਸਕੂਲ ਦੀਆਂ ਟੈਕਸਟ ਬੁੱਕਸ ਹੁੰਦੀਆਂ ਨੇ ਪੜਨੀਆਂ ਪੈਂਦੀਆਂ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਰੀਡਿੰਗ ਹੁੰਦੀ ਹੈ ਇਹਨੂੰ ਆਪਾਂ ਇੰਟੈਂਸਿਵ ਰੀਡਿੰਗ ਦਾ ਨਾਮ ਦਿੰਨੇ ਆ ਜਦੋਂ ਵੀ ਕਿਸੇ ਟੈਕਸਟ ਨੂੰ ਥੋਰੋਲੀ ਪੜਿਆ ਜਾਵੇ ਕੇਅਰਫੁਲੀ ਪੜਿਆ ਜਾਵੇ ਡਿਟੇਲ ਵਿੱਚ ਪੜਿਆ ਜਾਵੇ ਐਂਡ ਉਸ ਤੋਂ ਬਾਅਦ ਉਹਨਾਂ ਚੀਜ਼ਾਂ ਦਾ ਜਿਹੜਾ ਮੀਨਿੰਗ ਹੈਗਾ ਆ ਐਨਲਾਈਜ਼ ਕੀਤਾ ਜਾਂਦਾ ਆ ਸਟਰਕਚਰ ਜੋ ਵੀ ਹੈ ਉਹਨੂੰ ਆਪਾਂ ਬੜੇ ਹੀ ਧਿਆਨ ਨਾਲ ਵੇਖਦੇ ਆ ਰਾਈਟਿੰਗ ਸਟਾਈਲ ਵੇਖਦੇ ਆ ਇਹਨੂੰ ਆਪਾਂ ਇੰਟੈਂਸਿਵ ਰੀਡਿੰਗ ਦਾ ਨਾਮ ਦਿੰਨੇ ਆ ਇੰਗਲਿਸ਼ ਪੈਡਾਗੋਜੀ ਦੀ ਕਲਾਸ ਵਿੱਚ ਇਹ ਜੜੀਆਂ ਚਾਰ ਟਾਈਪਸ ਆਫ ਰੀਡਿੰਗ ਨੇ ਜੀ ਕਾਫੀ ਵਾਰ ਇਸ ਟਾਪਿਕ ਦੇ ਵਿੱਚੋਂ ਵੀ ਪ੍ਰਸ਼ਨ ਪੁੱਛ ਲੈ ਜਾਂਦੇ ਆ ਉਮੀਦ ਕਰਦਾ ਤੁਹਾਨੂੰ ਇਹ ਟਾਪਿਕ ਸਮਝ ਆ ਗਿਆ ਹੋਣਾ ਜੇਕਰ ਨਹੀਂ ਸਮਝ ਆਇਆ ਸੇਮ ਵੀਡੀਓ ਨੂੰ ਤੁਸੀਂ ਤਿੰਨ ਤੋਂ ਲੈ ਕੇ ਚਾਰ ਵਾਰ ਵੇਖ ਲਿਓ ਤੁਹਾਡਾ ਇੱਕ ਅੱਧਾ ਜਿਹੜਾ ਨੰਬਰ ਹੈਗਾ ਜੀ ਪੀਐਸਟੈਟ ਵਿੱਚ ਪੱਕਾ ਹੋ ਜਾਏਗਾ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all